ਟੁੱਟਣ ਕਰਕੇ ਲੋਕਾਂ ਦਾ ਸੰਪਰਕ ਬਾਕੀ ਸ਼ਹਿਰਾਂ ਨਾਲ ਬਿਲਕੁਲ ਹੀ ਖਤਮ ਹੋ ਚੁੱਕਿਆ ਹੈ ਅਤੇ ਮੁਸੀਬਤ 'ਚ ਘਿਰੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਹੈ। ਆਰਗੜ੍ਹ ਦੇ ਪੁਲ ਦਾ ਜਿਹੜਾ ਸਾਡਾ ਕਾਜਵਾਸੀ ਬਿਲਕੁਲ ਟੁੱਟ ਗਿਆ ਸੀਗਾ, ਆਵਾਜਾਈ ਦਾ ਸਾਧਨ ਬਿਲਕੁਲ ਬੰਦ ਹੋ ਗਿਆ ਸੀ, ਤੁਰ ਕੇ ਲੰਘਣਾ ਵੀ ਔਖਾ ਸੀਗਾ ਅਤੇ ਇਸ ਕਰਕੇ ਸਾਡੇ ਸਾਰੇ ਪਿੰਡਾਂ ਦੇ ਰਲ ਕਰਕੇ ਟਰੈਕਟਰਾਂ ਦੇ ਨਾਲ ਆਪਣਾ ਤੇਲ ਫੂਕ ਕੇ ਸਾਰੀ ਲੇਬਰ ਵੀ ਉਹਨਾਂ ਦੀ ਆ ਲੱਗੀ, ਉਹ ਤਾਂ ਉਹ ਕੰਮ ਕਰ ਰਹੇ ਆ। ਦੇਖੋ ਇਸ ਤਰ੍ਹਾਂ ਸੀਗਾ, ਮੈਨੂੰ ਇਹ ਪਤਾ ਲੱਗਾ ਸੀਗੇ, ਵੈਸੇ ਮੈਂ ਕਈ ਵਾਰੀ ਇੱਥੋਂ ਦੀ ਲੰਘੀ ਹਾਂ ਅਤੇ ਕਾਜਵੇ ਜਿਹੜਾ 1.5 ਸਾਲ ਹੋ ਗਿਆ ਸੀ ਟੁੱਟਿਆ ਸੀਗਾ ਅਤੇ ਕਾਜਵੇ ਦੀ ਕੋਈ ਕਿਸੇ ਨੇ ਸਾਰ ਨਹੀਂ ਲਈ। ਅੱਜ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲੋਕ ਆਪ ਜਾ ਕੇ ਬਣਾ ਰਹੇ, ਮੈਨੂੰ ਇਹਨਾਂ ਨੇ ਕਈਆਂ ਨੇ ਦੱਸਿਆ ਵੀ ਕਿ ਬੀਬੀ ਜੀ ਤੁਸੀਂ ਆਓ, ਪਹਿਲਾਂ ਵੀ ਤੁਸੀਂ ਬਣਾਇਆ ਸੀ, ਤੁਸੀਂ ਆ ਕੇ ਦੇਖੋ ਤਾਂ ਸਹੀ ਵੀ ਸਾਡੇ ਬੰਦੇ ਕਿੱਦਾਂ ਕੰਮ ਕਰਦੇ ਆ। ਅੱਜ ਮੈਂ ਇਸ ਕਰਕੇ ਵੀ ਦੇਖਣਾ ਹੀ ਆ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਸਰਕਾਰ ਨੇ ਤਾਂ ਕੰਮ ਕੋਈ ਕੀਤਾ ਨਹੀਂ, ਪਰ ਲੇਕਿਨ ਸਾਡੇ ਆਪਣੇ ਜਿੰਨੇ ਵਰਕਰ ਆ, ਬੰਦੇ ਆ, ਪਿੰਡਾਂ ਦੇ ਲੋਕ ਆ, ਉਹਨਾਂ ਨੇ ਡਟ ਕੇ ਕੰਮ ਕੀਤਾ ਆਪਣਾ ਕਾਜਵੇ।